लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। ਅਕਸਰ ਅਸੀਂ ਚੋਰਾਂ ਨੂੰ ਰਾਤ ਬਰਾਤ ਮੂੰਹ ਤੇ ਕੱਪੜਾ ਬੰਨ ਕੇ ਚੋਰੀ ਕਰਦੇ ਵੇਖਦੇ ਆਏ ਹਾਂ, ਪਰ ਤੁਸੀਂ ਆਪਣੀ ਸਕਰੀਨ ਤੇ ਜਿਨ੍ਹਾਂ ਦੋ ਸਰਦਾਰ ਨੌਜਵਾਨਾਂ ਨੂੰ ਮੋਬਾਈਲ ਖਰੀਦਦੇ ਵੇਖ ਰਹੇ ਹੋ, ਦਰਅਸਲ ਇਹ ਦੋਵੇਂ ਸਰਦਾਰ ਚੋਰ ਨੇ ਜਿਨ੍ਹਾਂ ਨੂੰ ਆਪਣੇ ਹੀ ਸਿਰ ਤੇ ਲੱਗੀ ਤੀਸਰੀ ਅੱਖ ਭਾਵ ਸੀਸੀਟੀਵੀ ਕੈਮਰੇ ਦਾ ਵੀ ਡਰ ਨਹੀਂ ਹੈ ਤੇ ਬੜੀ ਹੀ ਸਫਾਈ ਦੇ ਨਾਲ ਇਹ ਦੋਵੇਂ 10,000 ਦਾ ਫੋਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਇਸ ਤੋਂ ਬਾਅਦ ਕੀ ਹੋਇਆ ਇਹ ਸਭ ਕੁਝ ਦੱਸਣ ਤੋਂ ਪਹਿਲਾਂ ਤੁਸੀਂ ਵੇਖੋ ਇਹ ਵੀਡੀਓ। ਦਰਅਸਲ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਸੂਟ ਬੂਟ ਪਾ ਕੇ ਆਏ ਚੋਰ ਰੂਪੀ ਸਰਦਾਰ ਮੋਬਾਈਲ ਦੀ ਦੁਕਾਨ ਵਿੱਚ ਫੋਨ ਖਰੀਦਣ ਦੇ ਬਹਾਨੇ ਦੁਕਾਨ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਸਫਾਈ ਨਾਲ ਮੋਬਾਈਲ ਫੋਨ ਵਿਖਾ ਰਹੀ ਮਹਿਲਾ ਦੇ ਅੱਖ ਵਿੱਚ ਧੂੜ ਪਾ ਕੇ ਮੋਬਾਈਲ ਜੇਬ 'ਚ ਪਾ ਕੇ ਫਰਾਰ ਹੋ ਜਾਂਦੇ ਨੇ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਦੋਨਾਂ ਸਰਦਾਰ ਨੌਜਵਾਨਾਂ ਵਿੱਚੋਂ ਇੱਕ ਅੰਮ੍ਰਿਤਧਾਰੀ ਵੀ ਸੀ। ਇਸ ਬਾਰੇ ਦੁਕਾਨਦਾਰ ਦਾ ਕੀ ਕਹਿਣਾ ਤੁਸੀਂ ਆਪ ਹੀ ਸੁਣ ਲਵੋ। ਇੱਥੇ ਦੋ ਲੜਕੇ ਆਏ ਆ ਸਰਦਾਰ, ਕਾਫੀ ਵਧੀਆ ਜੈਂਟਲਮੈਨ ਸੀ, ਇੱਕ ਨੇ ਉਹਨਾਂ ਵਿੱਚੋਂ ਗਾਤਰਾ ਵੀ ਪਾਇਆ ਹੋਇਆ ਸੀ। ਆ ਕੇ ਕਹਿ ਰਹੇ ਕਿ 10-12 ਹਜ਼ਾਰ ਦੀ ਰੇਂਜ ਤੱਕ ਫੋਨ ਦਿਖਾਓ। ਠੀਕ ਹੈ ਜੀ, ਅਸੀਂ ਉਹਨਾਂ ਨੂੰ ਫੋਨ ਦਿਖਾਉਣਾ ਸ਼ੁਰੂ ਕਰ ਦਿੱਤਾ, 4-5 ਫੋਨ ਦਿਖਾਏ ਆ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਜੀ ਕਿ ਸੰਦੇ ਸਾਡੇ ਕੋਲ ਨਾ ਆਪਾਂ ਹੋਰ ਕੋਈ ਫੋਨ ਦੇਖਣਾ ਆ, ਉਸੇ ਟਾਈਮ ਚਲੇ ਗਏ। ਜਦੋਂ ਆਪਾਂ ਬਾਅਦ ਵਿੱਚ ਬੋਕਸ ਪੈਕ ਕਰਨ ਲੱਗੇ ਤਾਂ ਦੇਖਿਆ ਕਿ ਉਹਨਾਂ ਵਿੱਚ ਇੱਕ ਫੋਨ ਨਹੀਂ ਸੀ ਹੈਗਾ। ਫਿਰ ਜਦੋਂ ਅਸੀਂ ਆਪਣੇ ਦੁਬਾਰਾ ਕੈਮਰੇ ਚੈੱਕ ਕੀਤੇ ਆ, ਉਹਨਾਂ ਵਿੱਚ ਸਾਨੂੰ ਪਤਾ ਚੱਲਿਆ ਕਿ ਉਹਨਾਂ ਵਿੱਚ ਜਿਹੜਾ ਇੱਕ ਸਰਦਾਰ ਲੜਕਾ ਸੀ ਉਹਨੇ ਉਹ ਆਪਣਾ ਫੋਨ ਇੱਕ ਜੇਬ ਵਿੱਚ ਪਾ ਲਿਆ ਸੀ। ਉਹ ਔਰ ਦੋ ਲੜਕੇ ਸੀ, ਇੱਕ ਨੇ ਯੈਲੋ ਟਰਬਨ ਪਹਿਨੀ ਹੋਈ ਸੀ, ਇੱਕ ਨੇ ਔਰੇਂਜ ਕਲਰ ਦੀ। ਜਿਹੜੇ ਔਰੇਂਜ ਕਲਰ ਦੇ ਟਰਬਨ ਪਹਿਨੀ ਹੋਈ ਆ ਉਸ ਲੜਕੇ ਨੇ ਫੋਨ ਹੌਲੀ ਜਿਹੀ ਜੇਬ ਵਿੱਚ ਪਾ ਲਿਆ। ਕਿਹੜਾ ਮੋਬਾਈਲ ਸੀ, ਕਿਹੜੀ ਕੰਪਨੀ ਦਾ? ਸਰ ਵੀਵੋ ਦਾ ਮੋਬਾਈਲ ਹੈਗਾ ਸੀ, 10,000 ਦੀ ਰੇਂਜ ਵਿੱਚ ਫੋਨ ਹੈਗਾ ਸੀ, ਨਵਾਂ ਮਾਡਲ ਆਇਆ ਹੈ। ਸੀਸੀਟੀਵੀ ਵੀਡੀਓ ਜੇ ਦੇਖਿਆ ਤੁਸੀਂ? ਹਾਂਜੀ ਸਰ, ਉਹਨਾਂ ਦੀ ਆਪਾਂ ਫੋਟੋ ਦੇਖੀਆਂ ਸਾਰੀਆਂ, ਵੀਡੀਓ ਵਿੱਚ ਵੀ ਸਾਡੇ ਕੋਲ ਕਲੀਅਰ ਆ ਰਿਹਾ, ਲੜਕਿਆਂ ਦੀ ਦੋਨਾਂ ਦੀ ਸ਼ਕਲਾਂ ਵੀ ਕਲੀਅਰ ਹੈ, ਔਰ ਉਹਨਾਂ ਨੇ ਫੋਨ ਜਦੋਂ ਜੇਬ ਵਿੱਚ ਪਾਇਆ ਉਹ ਵੀ ਕਲੀਅਰ ਹੋ ਗਿਆ। ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੁਸੀਂ? ਹਾਂਜੀ। ਕੀ ਮੰਗ ਕਰਦੇ ਹੋ ਜੀ? ਸਰ ਦੇਖੋ, ਇਹੋ ਜਿਹੀਆਂ ਵਾਰਦਾਤਾਂ ਰੋਜ਼ ਹੋ ਰਹੀਆਂ, ਆਏ ਦਿਨ ਕੋਈ ਨਾ ਕੋਈ ਕਹਿ ਰਿਹਾ ਕਿ ਇੱਥੇ ਫੋਨ ਚੋਰੀ ਹੋ ਰਿਹਾ ਜਾਂ ਕੋਈ ਸਨੈਚਿੰਗ ਹੋ ਰਹੀ ਆ, ਪਰ ਪਤਾ ਨਹੀਂ ਸਾਡਾ ਜਿਹੜਾ ਕਿਸ ਤਰ੍ਹਾਂ ਇਹ ਚੀਜ਼ਾਂ ਹੋ ਰਹੀਆਂ ਆ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਸ਼ਰੇਆਮ ਇੱਕ ਦੁਕਾਨ ਤੋਂ ਲੜਕੇ ਆ ਰਿਹਾ, ਕੈਮਰੇ ਲੱਗੇ ਹੋਏ ਆ, ਉਹਨਾਂ ਦੀ ਹਾਜ਼ਰੀ ਵਿੱਚ ਫੋਨ ਚੁੱਕ ਕੇ ਲੈ ਕੇ ਜਾ ਰਹੇ ਆ। ਤੁਸੀਂ ਦੇਖੋ ਕਿ ਆਮ ਜਨਤਾ ਦਾ ਕੀ ਹੋ ਸਕਦਾ ਫਿਰ, ਜਿਹੜੇ ਕਿ ਨੋਰਮਲ ਸੜਕਾਂ 'ਤੇ ਜਾ ਰਹੇ ਆ। ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਡੇ ਕੋਲ ਇੱਕ ਦਰਖਾਸਤ ਆਈ ਸੀ ਕਿ ਅਨਿਕੇਤ ਟੈਲੀਕਾਮ ਹੁਸੈਨਪੁਰਾ ਚੌਂਕ ਦੇ ਵਿੱਚ ਕੋਈ ਟੈਲੀਫੋਨ ਦੀ ਦੁਕਾਨ ਹੈ, ਉਹਦੇ ਉੱਤੇ ਦੋ ਮੁੰਡੇ ਆਏ ਨੇ ਸਰਦਾਰ, ਉਹਨਾਂ ਨੇ ਆ ਕੇ ਫੋਨ ਵੇਚਦਿਆਂ ਵੇਚਦਿਆਂ ਵਿੱਚੋਂ ਇੱਕ ਫੋਨ ਚੋਰੀ ਕਰ ਲਿਆ ਅਤੇ ਉਹਦੇ ਬਾਰੇ ਫੁਟੇਜ ਦੇਖੀ ਹੈ, ਉਹਨਾਂ ਦੀ ਪਛਾਣ ਕਰਕੇ ਕਾਰਵਾਈ ਕਰਾਂਗੇ, ਪਛਾਣ ਕੀਤੀ ਜਾ ਰਹੀ ਹੈ, ਜੋ ਕਾਰਵਾਈ ਬਣੇਗੀ ਕਾਰਵਾਈ ਕਰਾਂਗੇ। ਦੇਖਿਆ ਜਾਵੇ ਤਾਂ ਫਿਲਮੀ ਅੰਦਾਜ਼ 'ਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਅਤੇ ਹੁਣ ਚੋਰ ਨਵੇਂ ਨਵੇਂ ਤਰੀਕੇ ਵੀ ਅਪਣਾ ਰਹੇ ਨੇ। ਸੋ ਅੰਮ੍ਰਿਤਸਰ ਵਿੱਚ ਵੱਧ ਰਹੀ ਚੋਰੀ ਲੁੱਟ ਖੋਹ ਦੀ ਵਾਰਦਾਤ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਹਨਾਂ ਚੋਰਾਂ ਵਿੱਚ ਕਾਨੂੰਨ ਦਾ ਡਰ ਬਿਲਕੁਲ ਖਤਮ ਹੋ ਗਿਆ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।